ਹਰਿਆਣਾ ਦੇ ਰੇਵਾੜੀ 'ਚ ਪੈਂਦੇ ਧਰੂਹੇਰਾ ਇਲਾਕੇ ਵਿੱਚ ਇੱਕ ਨਾਬਾਲਿਗ ਲੜਕੇ ਵੱਲੋਂ 2.5 ਸਾਲਾ ਬੱਚੀ ਨਾਲ ਜਬਰਜਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਜਬਰਜਨਾ ਕਰਨ ਵਾਲੇ ਨਾਬਾਲਿਗ ਨੂੰ 2 ਘੰਟੇ ਅੰਦਰ ਹੀ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ SP ਰੇਵਾੜੀ ਨਾਜ਼ਨੀਨ ਭਸੀਨ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 2 ਵਜੇ ਕੇ ਆਸ ਪਾਸ ਸੂਚਨਾ ਮਿਲੀ ਕਿ 2.5 ਸਾਲ ਕੀ ਬੱਚੀ ਹੈ, ਉਸਕਾ ਬਲਾਤਕਾਰ ਹੋਇਆ ਹੈ ਔਰ ਹਮਾਰੀ ਪੂਰੀ ਟੀਮ ਫਟਾਫਟ ਮੌਕੇ ਪਰ ਪਹੁੰਚੀ ਔਰ ਸਰਚ ਪਾਰਟੀ ਲਾਂਚ ਕੀ ਔਰ ਯੇ ਪਬਲਿਕ ਕੇ ਵੀ ਲੋਕ ਹਮਾਰੇ ਸਾਥ ਲਗੇ ਇਸ ਸਰਚ ਕੋ ਬਹੁਤ ਬਹੁਤ ਹੀ ਜ਼ੋਰ ਪੂਰੀ ਕੀ ਪੂਰੀ ਜ਼ਿਲ੍ਹਾ ਪੁਲਿਸ ਅਲੱਗ ਅਲੱਗ ਦਿਸ਼ਾ ਮੇਂ ਫੈਲ ਗਈ ਔਰ ਹਮਨੇ CCTV ਫੁਟੇਜ ਦੇਖੀ ਪਬਲਿਕ ਕੇ ਲੋਕਾਂ ਸੇ ਸੂਚਨਾ ਪ੍ਰਾਪਤ ਕਰਨੇ ਕੀ ਕੋਸ਼ਿਸ਼ ਕੀ। ਇੱਕ ਕੋਈ ਐਸਾ ਕਦਮ ਨਹੀਂ ਜੋ ਹਮਨੇ ਤੁਰੰਤ ਉਠਾਇਆ ਹੋ ਔਰ ਯੇ ਬਾਕੀ ਪਬਲਿਕ ਪਰਸਨਸ ਔਰ ਰੇਵਾੜੀ ਪੁਲਿਸ ਕੀ ਉਪਲਬਧੀ ਹੈ ਕਿ 2 ਘੰਟੇ ਕੇ ਅੰਦਰ ਅੰਦਰ ਮੁਖਿਆ ਆਰੋਪੀ ਕੋ ਹਮ ਪਕੜ ਪਾਏ। ਯੇ ਪਹਿਲੇ ਇੱਕ ਟਿਫਿਨ ਸਰਵਿਸ ਕੈਰੀਅਰ ਕੰਪਨੀ ਮੈਂ ਕਾਮ ਕਰਤਾ ਥਾ, ਪਿਛਲੇ 1 ਮਹੀਨੇ ਸੇ ਯੇ ਬੇਰੋਜ਼ਗਾਰ ਥਾ। ਅਵਾਰਾ ਕਿਸਮ ਕਾ ਲੜਕਾ ਹੈ, ਪਹਿਲੇ ਵੀ ਕੁਛ ਵਾਰਦਾਤੋਂ ਕੋ ਅੰਜਾਮ ਦਿਆ ਹੁਆ ਹੈ ਲੇਕਿਨ ਅਭੀ ਪੁੱਛਤਾਛ ਚੱਲ ਰਹੀ ਹੈ ਅਰੈਸਟ ਫਾਰਮੈਲਿਟੀਜ਼ ਚੱਲ ਰਹੀ ਹੈ, ਧੀਰੇ ਧੀਰੇ ਹਮੇਂ ਔਰ ਡਿਟੇਲਸ ਪਤਾ ਚੱਲੇ।